ਸਾਈਬਰ ਠੱਗੀ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ। ਹਾਲਾਂਕਿ ਅਸੀਂ ਗੱਲ ਕਰ ਲਈਏ, ਕਈ ਇਸ ਤਰ੍ਹਾਂ ਦੀ ਆਨਲਾਈਨ ਸਾਈਟਸ ਵੀ ਨੇ ਜੋ ਕਿ ਠੱਗੀ ਕਰਦੀ ਹੈ, ਯਾਨੀ ਕਿ ਲੋਕਾਂ ਨੂੰ ਲਾਲਚ ਦਿੰਦੀ ਹੈ ਕਿ ਕਾਫੀ ਜਿਹੜੀ ਮਹਿੰਗੀ ਚੀਜ਼ ਹੈ ਉਹਨੂੰ ਕਾਫੀ ਸਸਤੇ 'ਚ ਲੈ ਕੇ ਲੋਕਾਂ ਨੂੰ ਜਿਹੜਾ ਹੈਗਾ ਉਹ ਆਪਣੀ ਔਰ ਖਿੱਚਦੀ ਹੈ, ਤੇ ਲੋਕੀ ਵੀ ਇਹ ਗੱਲਾਂ 'ਚ ਆ ਜਾਂਦੇ। ਕਈ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਨੇ, ਲਗਾਤਾਰ ਸਾਈਬਰ ਸੈੱਲ ਵੱਲੋਂ ਗ੍ਰਿਫਤਾਰੀਆਂ ਵੀ ਹੋਈਆਂ ਪਹਿਲਾਂ ਦਿਨਾਂ 'ਚ, ਕਿਸ ਤਰ੍ਹਾਂ ਦੀ ਲਿੰਕ ਦਾ ਜਾਂ ਫਿਰ ਹੁਣ ਨਵੇਂ ਤਰੀਕੇ ਜਿਹੜੇ ਅਪਣਾਏ ਜਾ ਰਹੇ ਨੇ। ਹਾਲਾਂਕਿ ਇੱਕ 2021 ਦੇ ਵਿੱਚ ਇੱਕ ਮਾਰਕੀਟ, ਇੱਕ ਆਨਲਾਈਨ ਸਾਈਟ ਤੇ ਮਾਰਕੀਟ ਪੈਲੇਸ ਦੇ ਵਿੱਚ ਇੱਕ ਜਿਹੜੀ ਆਨਲਾਈਨ ਸਾਈਟ ਸੀਗੀ ਉਹਦੇ ਵਿੱਚ ਇੱਕ ਕਿਚਨ ਦਾ ਸਮਾਨ ਮੰਗਾਇਆ ਗਿਆ ਸੀਗਾ 2500 ਰੁਪਏ ਦਾ, ਲੇਕਿਨ ਉਹ ਸਮਾਨ ਨਹੀਂ ਆਇਆ। ਜਿਸ ਤੋਂ ਬਾਅਦ 2022 ਦੇ ਵਿੱਚ ਜਿਹੜਾ ਕੰਜ਼ਿਊਮਰ ਕੋਰਟ ਹੈ ਉਹਦੇ ਵਿੱਚ ਜਿਹੜੇ ਕੁਲਵਿੰਦਰ ਸਿੰਘ ਨੇ, ਜਿਹਨਾਂ ਜਿਹੜੇ ਕੰਪਲੇਨੈਂਟ ਨੇ, ਉਹਨਾਂ ਵੱਲੋਂ ਕੰਪਲੇਨ ਦਿੱਤੀ ਗਈ ਔਰ ਹੁਣ ਜਾ ਕੇ, ਯਾਨੀ ਕਿ 2024 ਦੇ ਵਿੱਚ ਹੁਣ ਜਾ ਕੇ ਆਰਡਰ ਆਏ ਨੇ, ਜਿਹੜਾ ਜੁਰਮਾਨਾ ਲੱਗਿਆ। ਲੇਕਿਨ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਚੀਜ਼ਾਂ ਦਾ ਧਿਆਨ ਰੱਖਣਾ। ਕੁਲਵਿੰਦਰ ਜੀ ਸਾਡੇ ਨਾਲ ਨੇ, ਉਹਨਾਂ ਦੇ ਐਡਵੋਕੇਟ ਦਲਪ੍ਰੀਤ ਵੀ ਸਾਡੇ ਨਾਲ ਨੇ। ਕੁਲਵਿੰਦਰ ਜੀ, ਕਿਉਂਕਿ ਲਗਾਤਾਰ ਠੱਗੀਆਂ ਹੁੰਦੀਆਂ, ਚਾਹੇ ਆਨਲਾਈਨ ਸਾਈਟ ਦੀ ਅਸੀਂ ਗੱਲ ਕਰੀਏ, ਕਿਉਂਕਿ ਵੈਰੀਫਾਈਡ ਨਹੀਂ ਹੁੰਦੀ ਔਰ ਜਿਸ ਕਰਕੇ ਲੋਕੀ ਜਿਹੜਾ ਹੈ ਉਹ ਠੱਗੀ ਦਾ ਸ਼ਿਕਾਰ ਹੁੰਦੇ ਨੇ। 2021 ਦੀ ਗੱਲ ਹੈ, ਤੁਸੀਂ ਕੀ ਮੰਗਵਾਇਆ ਸੀਗਾ ਤੇ ਹੁਣ ਤੱਕ ਕੋਈ ਆਇਆ ਸਮਾਨ ਜਾਂ ਨਹੀਂ? ਸਰ, ਮੈਂ 2021 ਵਿੱਚ 7ਵੇਂ ਮਹੀਨੇ 'ਚ ਇੱਕ ਰੈਕ ਮੰਗਵਾਇਆ ਸੀ ਕਿਚਨ ਦਾ, ਜਿਹਦੀ ਵੈਲਿਊ 2500 ਰੁਪਏ ਦੇ ਕਰੀਬ ਸੀ ਅਪਰੋਕਸੀਮੇਟ। ਉਸ ਤੋਂ ਬਾਅਦ ਮੈਂ ਉਸਨੂੰ ਬਾਰ ਬਾਰ ਫੋਲੋ ਕਰਦਾ ਰਿਹਾ। ਤਕਰੀਬਨ 2.5-3 ਮਹੀਨੇ ਬਾਅਦ ਉਹਨਾਂ ਨੇ ਸਾਈਟ ਨੂੰ ਹੀ ਬਲੌਕ ਕਰਤਾ, ਜਿਹੜਾ ਈਮੇਲ ਆਈਡੀ ਸੀ ਉਹ ਵੀ ਬਲੌਕ ਕਰਤਾ। ਉਸ ਤੋਂ ਪਤਾ ਲੱਗਿਆ ਵੀ ਇਹ ਸਾਈਬਰ ਫਰੋਡ ਹੈ। ਉਸ ਤੋਂ ਬਾਅਦ ਮੈਂ ਫਿਰ ਜਨਵਰੀ 2022 'ਚ ਕੰਪਲੇਂਟ ਫਾਈਲ ਕੀਤੀ ਕੰਜ਼ਿਊਮਰ ਫੋਰਮ 'ਚ। ਸਮਨਸ ਵਗੈਰਾ ਪ੍ਰੋਪਰ ਉਹਨਾਂ ਨੂੰ ਇਸ਼ੂ ਹੋਏ, ਪ੍ਰੋਪਰ ਉਹਨਾਂ ਨੂੰ ਡਿਲੀਵਰ ਹੋਏ, ਬਟ ਉਹਨਾਂ ਵੱਲੋਂ ਕੋਈ ਨਹੀਂ ਆਇਆ। ਕੋਰਟ ਨੇ ਉਹਨਾਂ ਨੂੰ ਐਕਸ ਪਾਰਟੀ ਕਰਕੇ ਅਤੇ ਹੁਣ ਕੇਸ ਡਿਸਾਈਡ ਕਰ ਦਿੱਤਾ ਹੈ, ਜਿਸ ਵਿੱਚ ਟੋਟਲ ਕੰਪਨਸੇਸ਼ਨ 50,000 ਰੁਪਇਆ ਪਾਇਆ ਗਿਆ, ਜਿਹਦੇ 'ਚੋਂ 30,000 ਮੈਨੂੰ ਦੇਣਾ ਹੈ, 20,000 ਰੁਪਇਆ ਟਰਾਈ ਸਿਟੀ ਲੀਗਲ ਏਡ 'ਚ ਪਾਉਣਾ ਹੈ, ਅਤੇ ਜੋ ਕੋਸਟ ਸੀ 2500 ਰੁਪਇਆ ਉਹ ਵਿਦ 9% ਵਿਆਜ ਨਾਲ ਵਾਪਸ ਕਰਨ ਦੇ ਹੁਕਮ ਹੋਏ। ਠੀਕ ਹੈ, ਕਿਉਂਕਿ ਸਰ ਜਿੱਦਾਂ ਤੁਸੀਂ ਦੱਸਿਆ ਕਿ ਉਹ ਸਾਈਟ ਹੀ ਬੰਦ ਹੋ ਗਈ 2 ਮਹੀਨੇ ਬਾਅਦ, ਇਸ ਤਰ੍ਹਾਂ ਦੀ ਬਹੁਤ ਸਾਰੀ ਸਾਈਟ ਚੱਲ ਰਹੀਆਂ, ਤਾਂ ਕਿਸ ਤਰ੍ਹਾਂ ਦੀ ਚੀਜ਼ਾਂ ਦਾ ਧਿਆਨ ਰੱਖਣਾ? ਪਹਿਲੀ ਗੱਲ ਤਾਂ, ਕਿਉਂਕਿ ਤੁਸੀਂ ਤਾਂ ਓਬਵੀਅਸਲੀ, ਹਾਲਾਂਕਿ ਹੁਣ ਤੁਸੀਂ ਲੜੇ ਹੋ ਲਗਾਤਾਰ 3-4 ਸਾਲ, ਲੇਕਿਨ ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ, ਉਹਨਾਂ ਦੇ ਲੱਖਾਂ ਰੁਪਏ ਚਲੇ ਜਾਂਦੇ ਨੇ, ਫਰੋਡ ਹੁੰਦੇ ਨੇ। ਦੇਖੋ, ਸਭ ਤੋਂ ਪਹਿਲਾਂ ਤਾਂ ਮੇਰੀ ਇੱਕ ਐਡਵਾਈਸ ਹੈ, ਕੋਸ਼ਿਸ਼ ਕਰੋ ਕਿ ਆਨਲਾਈਨ ਕੋਈ ਵੀ ਚੀਜ਼ ਨਾ ਲਓ। ਤੁਸੀਂ ਚੈੱਕ ਕਰੋਗੇ ਆਨਲਾਈਨ, ਤੁਹਾਨੂੰ ਸ਼ੋਅ ਕਰਨਗੇ 10,000 ਦੀ ਚੀਜ਼ ਤੁਹਾਨੂੰ 6,000 'ਚ, ਜਦੋਂ ਤੁਸੀਂ ਮਾਰਕੀਟ ਜਾ ਕੇ ਟਰਾਈ ਕਰੋਗੇ ਉਹ 5,000 ਦੀ ਮਿਲੇਗੀ। ਹਮੇਸ਼ਾ ਲੋਕਲ ਬਾਇਰ ਨੂੰ ਚੀਜ਼ ਲਓ, ਤਾਂ ਕਿ ਤੁਹਾਡੀ ਲੋਕਲ ਮਾਰਕੀਟ ਇੰਡੀਆ ਦੀ ਜਿੱਥੇ ਤੁਸੀਂ ਰਹਿ ਰਹੇ ਹੋ ਡਿਵੈਲਪ ਹੋਏ। ਸੈਕਿੰਡਲੀ, ਕੋਈ ਵੀ ਅਨਰਿਲਾਇਬਲ ਸਾਈਟ ਕਿਤੋਂ ਵੀ ਨਾ ਲਓ, ਜਿਹੜੀ ਸਿਰਫ ਅਪਰੂਵਡ ਸਾਈਟ ਤੇ ਰੈਕੋਗਨਾਈਜ਼ ਸਾਈਟਸ ਨੇ, ਕੁਝ ਜਿਹੜੇ ਲਿਮਿਟਿਡ ਨੇ, ਸਿਰਫ ਉੱਥੋਂ ਹੀ ਲਿੱਤਾ ਜਾਵੇ। ਇਹ ਬਹੁਤ ਜ਼ਰੂਰੀ ਹੈ ਦਿਲਪ੍ਰੀਤ ਜੀ, ਕਿਉਂਕਿ ਤੁਸੀਂ ਵੀ ਲਗਾਤਾਰ ਕੇਸਿਸ ਦੇਖਦੇ ਹੋ, ਇਸ ਤਰ੍ਹਾਂ ਦੇ ਕੇਸਿਸ ਲਗਾਤਾਰ ਵੱਧ ਰਹੇ, ਲੋਕਾਂ ਨੂੰ ਅਵੇਅਰਨੈਸ ਦੀ ਵੀ ਜਿਹੜੀ ਹੈਗੀ ਲੋੜ ਹੈ, ਕਿਉਂਕਿ ਤੁਸੀਂ ਲਗਾਤਾਰ ਇਸ ਕੇਸਿਸ ਦੇਖਦੇ? ਲੋਕਾਂ ਨੂੰ ਅਵੇਅਰਨੈਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਹਨਾਂ ਕੇਸਾਂ 'ਚ, ਕਿਉਂਕਿ ਲੋਕ ਆਪਣੇ ਕੰਜ਼ਿਊਮਰ ਰਾਈਟਸ ਹੀ ਨਹੀਂ ਪਤਾ ਅੱਜ ਕੱਲ੍ਹ ਲੋਕਾਂ ਨੂੰ, ਜਾਂ ਹੋਰ ਵੀ ਹੈ, ਜਿਵੇਂ ਕਿ ਹੋਰ ਸਾਈਟਸ ਨੇ, ਆਪਾਂ ਲਾ ਕੇ ਚੱਲੀਏ ਓਲੈਕਸ 'ਤੇ ਵੀ ਹੁੰਦੇ ਨੇ, ਇੰਸਟਾਗ੍ਰਾਮ 'ਤੇ ਵੀ ਐਡਵਰਟਾਈਜ਼ ਆਉਂਦੀਆਂ ਨੇ, ਅਤੇ ਉਹਨਾਂ 'ਤੇ ਸਾਰੇ ਹੀ ਮਤਲਬ ਫਰੋਡ ਚੱਲ ਰਿਹਾ ਹੈ। ਲੋਕਾਂ ਨੂੰ ਮਤਲਬ ਅਵੇਅਰਨੈਸ ਹੈ ਨਹੀਂ ਕਿ ਆਪਾਂ ਜਾਣਾ ਕਿੱਥੇ ਹੈ। ਉਸ ਤੋਂ ਬਾਅਦ ਹੁਣ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ, ਇਹ ਸਪੈਸ਼ਲ ਐਕਟ ਬਣਾਇਆ ਗਿਆ ਸੀ ਇਹਨਾਂ ਚੀਜ਼ਾਂ ਵਾਸਤੇ, ਕਿ ਜਿਹੜੇ ਵੀ ਕੰਜ਼ਿਊਮਰ ਨੇ ਉਹ ਆਪਣੇ ਕੇਸਿਸ ਇੱਥੇ ਲੜ ਸਕਦੇ ਨੇ। ਤੁਹਾਨੂੰ ਨਹੀਂ ਲੱਗਦਾ ਕਿ ਕੇਸਿਸ ਲਗਾਤਾਰ ਵੱਧਦੇ ਜਾ ਰਹੇ ਨੇ? ਜਿੱਦਾਂ ਤੁਸੀਂ ਕਿਹਾ ਕਿ ਆਨਲਾਈਨ ਸਾਈਟ, ਕਿਹੜੀ ਵੀ ਤੁਸੀਂ ਆਨਲਾਈਨ ਸਾਈਟ ਦੇਖ ਲਓ, ਉਹਦੇ 'ਤੇ ਵੀ ਲਗਾਤਾਰ ਜਿਹੜੀ ਸਾਈਟਸ ਨੇ, ਹਾਲਾਂਕਿ ਉਹ ਜਿੱਦਾਂ ਸਰ ਨੇ ਵੀ ਦੱਸਿਆ ਕਿ 2 ਮਹੀਨੇ ਬਾਅਦ ਉਹ ਬੰਦ ਹੋ ਗਏ ਸੀ, ਇਸ ਤਰ੍ਹਾਂ ਦੀ ਲੋਕਾਂ ਨੂੰ ਜਿਹੜਾ ਹੈਗਾ ਉਹ ਲੁਭਾਵਨੇ ਜਿਹੜੀ ਦਿੰਦੀ ਹੈ, ਇਹਦੇ 'ਤੇ ਨਕੇਲ ਕਿਸ ਤਰ੍ਹਾਂ ਦੇ, ਜਿਹੜੀ ਇਹ ਠੱਲ ਕਿਸ ਤਰ੍ਹਾਂ ਦੀ ਪਾ ਸਕਦੇ? ਦੇਖੋ ਜੀ, ਇਹ ਨਾ ਜਿਹੜੀ ਸਾਈਟ ਹੈ ਹੁਣ ਜਿਵੇਂ ਮੇਟਾ ਹੈ, ਇਹਨਾਂ ਨੇ ਅਪਰੂਵਲ ਦੇਣੀ ਹੁੰਦੀ ਹੈ ਇਹਨਾਂ ਨੂੰ, ਅਪਰੂਵਲ ਇਹ ਦੇਖ ਕੇ ਦੇਣ ਨਾ ਕਿ ਹਾਂ ਇਹ ਫਰੋਡ ਹੈ ਜਾਂ ਨਹੀਂ ਹੈ, ਉਹਨਾਂ ਨੂੰ ਦੇਖ ਕੇ ਦੇਣ। ਹੁਣ ਆਪਾਂ ਕੋਈ ਵੀ ਐਡਵਰਟਾਈਜ਼ ਕਰਨੀ ਹੈ ਉਹਦੇ 'ਤੇ ਆਪਾਂ ਅਪਰੂਵਲ ਲੈਣੀ ਪੈਂਦੀ ਹੈ ਸਾਨੂੰ। ਬਿਲਕੁਲ,
ਇਹ ਉਹਨਾਂ ਨੇ ਹੁਣ ਚੈੱਕ ਕਰਕੇ ਪੂਰੀ ਜੋ ਵੀ ਇਹਨਾਂ ਦੀ ਟਰਮ ਐਂਡ ਕੰਡੀਸ਼ਨ ਨੇ ਸਾਰਾ ਕੁਛ ਰਿਕੁਆਇਰਮੈਂਟ ਹੈ ਉਹ ਚੈੱਕ ਕਰਕੇ ਤਾਂ ਇਹਨਾਂ ਨੂੰ ਅਪਰੂਵਲ ਦੇਣੀ ਹੁੰਦੀ ਹੈ ਕਿ ਉਹ ਚੈੱਕ ਕਰਦੇ ਨੇ ਪਹਿਲਾਂ ਇਹ ਦੇਖਣਾ ਹੋਏਗਾ ਕਿ ਚੈੱਕ ਕਰਕੇ ਦਿੰਦੇ ਨੇ ਜਾਂ ਐਵੇਂ ਕੋਈ ਚੱਕ ਕੇ ਪਾ ਰਿਹਾ ਸਾਰਾ ਇਹ ਸਾਰਾ ਬਹੁਤ ਜ਼ਰੂਰੀ ਹੈ ਚੈੱਕ ਕਰਨਾ ਜ਼ਰੂਰੀ ਹੈ ਕਿਉਂਕਿ ਐਡਵਰਟਾਈਜ਼ਮੈਂਟ ਇੱਕ ਹੋਰ ਸਵਾਲ ਹੈ ਕਿਉਂਕਿ ਤੁਸੀਂ ਇਸ ਠੱਗੀ ਦਾ ਸ਼ਿਕਾਰ ਹੋਏ ਸੀਗੇ ਲੇਕਿਨ ਕਿਸ ਤਰ੍ਹਾਂ ਦੀ ਚੀਜ਼ਾਂ ਫੇਸ ਕੀਤੀ ਤੁਸੀਂ 3-4 ਸਾਲਾਂ 'ਚ ਕਿਉਂਕਿ ਹੁਣ ਆਰਡਰ ਤਾਂ ਚਲੋ ਫਾਈਨਲੀ ਆਏ ਹੈ ਹਰਾਸ਼ਮੈਂਟ ਹੁੰਦੀ ਹੈ ਸਰ ਦੇਖੋ ਆਮ ਬੰਦੇ ਨੂੰ ਬਹੁਤ ਹਰਾਸਮੈਂਟ ਹੁੰਦੀ ਹੈ ਮੈਂ ਖੁਦ ਐਡਵੋਕੇਟ ਹਾਂ ਇਸ ਲੀਗਲ ਦੀ ਲਾਈਨ 'ਚ ਮੈਂ ਕੇਸ ਪਾਉਣ ਦਾ ਸਿਰਫ ਇੱਕ ਜਿਹੜਾ ਮੋਟਿਵ ਸੀਗਾ ਵੀ ਲੋਕਾਂ ਨੂੰ ਅਵੇਅਰ ਕਰਨਾ ਨੋਟ ਓਨਲੀ ਅਵੇਅਰ ਕਰਨਾ ਜਿਹੜੀ ਇਹ ਲੀਗਲ ਸਾਈਟਸ ਇਲੀਗਲ ਸਾਈਟਸ ਨੂੰ ਪ੍ਰਮੋਟ ਕਰਦੇ ਨੇ ਮੈਟਾ ਜਾਂ ਕੋਈ ਵੀ ਜਿਹੜੀ ਸਾਈਟ ਹੈ ਫੇਸਬੁੱਕ ਹੈ ਇਹ ਸਾਰਿਆਂ ਨੂੰ ਨਕੇਲ ਕਸੀ ਜੇ ਜਦੋਂ ਹੈਵੀ ਕੰਪਨਸੇਸ਼ਨ ਪੈਣਗੇ ਇਹਨਾਂ ਨੂੰ ਮਜਬੂਰ ਹੋ ਕੇ ਉਸ ਨੂੰ ਵੈਰੀਫਾਈ ਕਰਨ ਕੇ ਹੀ ਕਰਨਾ ਹੀ ਪਏਗਾ ਜ਼ਰੂਰੀ ਹੈ ਵੈਰੀਫਾਈ ਇਹ ਤੁਸੀਂ ਦਿਖਾਓਗੇ ਜਿਹੜੇ ਮਾਰਕੀਟ ਪਲੇਸਿਸ ਦੇ ਹੁੰਦੇ ਆ ਜਾਂ ਫਿਰ ਜਿਹੜੇ ਮੋਬਾਈਲ ਤੇ ਕਿਉਂਕਿ ਜਿਹੜਾ ਆਰਡਰ ਆਇਆ ਇਹ ਲੋਕਾਂ ਵਾਸਤੇ ਬਹੁਤ ਜ਼ਰੂਰੀ ਹੈ ਸਰ ਕਿ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਹੈ ਸਰ ਆਹ ਦੇਖੋ ਜੀ ਮਾਰਕੀਟ ਪਲੇਸ ਹੈ ਇਹਦੇ ਤੁਹਾਨੂੰ ਬਲੈਰੋ ਵੀ ਦਿਖਾਣਗੇ ਨੰਬਰ ਵੀ ਦਿਖਾਣਗੇ ਲੈਪਟਾਪ ਵੀ ਦਿਖੇਗਾ ਤੁਹਾਨੂੰ ਹਰ ਚੀਜ਼ ਦੁਨੀਆ ਦੀ ਅਵੇਲੇਬਲ ਦਿਖੇਗੀ ਪਰ 99% ਤੁਹਾਨੂੰ ਫਰੋਡ ਮਿਲੇਗਾ ਕੁਛ ਨਹੀਂ ਇਹਦੇ ਤੁਹਾਨੂੰ ਪ੍ਰੈਕਟੀਕਲੀ ਤੁਹਾਨੂੰ ਜਦੋਂ ਤੁਸੀਂ ਪੈਸੇ ਦੇ ਦੋਗੇ ਇਹਨਾਂ ਨੇ ਥੋੜ ਜਾਣਾ ਤੁਹਾਨੂੰ 1 ਰੁਪਏ ਦੀ ਚੀਜ਼ ਨਹੀਂ ਆਣੀ ਇਸ ਨੂੰ ਆਪਾਂ ਕਿਸ ਤਰ੍ਹਾਂ ਵੈਰੀਫਾਈ ਕਰੀਏ ਕਿ ਥੋੜੀ ਜੀ ਕੋਈ ਪੁਆਇੰਟ ਹੋਣੇ ਜਾਂ ਫਿਰ ਜਿੱਦਾਂ ਸਰ ਨੇ ਕਿਹਾ ਕਿ ਮੈਟਾ ਵੈਰੀਫਾਈ ਕਰਦਾ ਕਿਉਂਕਿ ਇਹ ਤਾਂ ਮਾਰਕੀਟ ਪਲੇਸ ਹੈ ਹਰ ਚੀਜ਼ ਜਿਹੜੀ ਇੱਥੇ ਨਹੀਂ ਸਰ ਇਹੀ ਮੈਂ ਕਹਿ ਰਿਹਾ ਜੇ ਇਹ ਫੇਸਬੁੱਕ ਜਾਂ ਕੋਈ ਵੀ ਸਾਈਟ ਜਿਹੜੀ ਅਪਰੂਵਡ ਹੋਏ ਉਹ ਤਾਂ ਹੀ ਇਸ ਨੂੰ ਅਲਾਓ ਕਰੇ ਜੇ ਉਹ ਪਿੱਛੇ ਵੈਰੀਫਾਈ ਹੋਏ ਪ੍ਰੋਪਰ ਡੀਲਰਸ਼ਿਪ ਹੋਏ ਪ੍ਰੋਪਰ ਉਹਦੇ ਐਂਟੀਸੀਡੈਂਟ ਹੋਣ ਉਹਦਾ GST ਨੰਬਰ ਹੋਏ ਤਾਂ ਹੀ ਉਸ ਨੂੰ ਅਲਾਓ ਕੀਤਾ ਜੇ ਅਦਰਵਾਈਜ਼ ਇਹ ਸਾਈਟਸ ਨੂੰ ਮਾਰਕੀਟ ਪਲੇਸ ਤੇ ਕੋਈ ਵੀ ਸਮਾਨ ਵੇਚਣ ਦੀ ਪਰਮਿਸ਼ਨ ਨਾ ਦਿੱਤੀ ਯਾਨੀ ਕਿ ਲਗਾਤਾਰ ਲੜ ਰਹੇ ਹੋਰ ਵੀ ਕੇਸਿਸ ਬਹੁਤ ਹਾਂਜੀ ਹਾਂਜੀ ਮੇਰੇ ਕੋਲ ਨੰਬਰ ਆਫ ਕੇਸਿਸ ਆਰ ਦੇਅਰ ਨਾਟ ਓਨਲੀ ਬਿਕੋਜ਼ ਆਫ ਦਿਸ ਬਹੁਤ ਚੀਜ਼ਾਂ ਦੇ ਹੈਗੇ ਨੇ ਕੇਸ ਮੇਰੇ ਕੋਲ ਵੱਖਰੇ ਵੱਖਰੇ ਤਰ੍ਹਾਂ ਦੇ ਹਰ ਚੀਜ਼ ਦੇ ਨੇ ਜਿਹੜੀ ਮੈਂ ਅਨਫੇਅਰ ਟ੍ਰੇਡ ਪ੍ਰੈਕਟਿਸ ਨੂੰ ਮੈਂ ਬੰਦ ਕਰਾਉਣਾ ਚਾਹੁੰਦਾ ਪਿਛਲੇ ਕੁਝ ਸਾਲਾਂ ਪਹਿਲਾਂ ਇੱਥੇ GST ਲੈਂਦੇ ਸੀ ਪ੍ਰੋਪਰ 7% ਸਾਰੀ ਮਾਰਕੀਟ ਇੱਕ ਡਿਸਕਾਊਂਟ ਦੇ ਉੱਪਰ GST ਲੈਂਦੇ ਸੀ ਮੈਂ ਉਹਨਾਂ ਤੇ ਇੰਨੇ ਕੇਸ ਪਾ ਕੇ ਨਕੇਲ ਕਸੀ ਵੀ ਅੱਜ ਦੀ ਡੇਟ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੇ GST ਐਕਸਟਰਾ ਲੈਣਾ ਬੰਦ ਕਰਤਾ ਅੱਜ ਦੀ ਡੇਟ 'ਚ ਤੁਹਾਨੂੰ ਮਿਲੇਗੀ 1 ਬਾਏ 1 ਗੈਟ 1 ਸਕੀਮ ਵੈਰੀਫਾਈ ਕਿਸ ਤਰ੍ਹਾਂ ਕਰੀਏ ਜਿੱਦਾਂ ਲੋਕਲ ਕੋਈ ਕਾਮਨ ਪਰਸਨ ਹੈ ਉਹ ਵੈਰੀਫਾਈ ਕਿਸ ਤਰ੍ਹਾਂ ਇਹਨੂੰ ਕਰੀਏ ਜੇਕਰ ਕੋਈ ਪਰਚੇਸ ਕਰਨੀ ਹੈ ਤਾਂ ਕਿਸ ਤਰ੍ਹਾਂ ਦਾ ਧਿਆਨ ਰੱਖੀਏ ਪਹਿਲਾਂ ਗੱਲ ਸਰ ਫਸਟ ਆਫ ਆਲ ਤਾਂ ਰਿਲਾਇਬਲ ਸਾਈਟ ਤੋਂ ਲਓ ਜਿਹੜੀਆਂ ਕੁਛ ਹੀ ਇੰਡੀਆ 'ਚ ਹੈਗੀਆਂ ਨੇ ਫੇਸਬੁੱਕ ਤੇ ਜਿਹੜੀ ਮੈਟਾ ਦਾ ਅਨਅਪਰੂਵਡ ਸਾਈਟਸ ਨੇ ਇੱਥੋਂ ਨਾ ਲਓ ਅਸੀਂ ਇਸੇ ਕਰਕੇ ਲੱਗੇ ਹਾਂ ਪਿੱਛੇ ਵੀ ਫੇਸਬੁੱਕ ਇਸ ਨੂੰ ਵੀ ਵੈਰੀਫਾਈ ਕਰੇ ਜਿਵੇਂ ਜਿਵੇਂ ਇਹ ਵਧੀ ਜੂਗੀ ਉਵੇਂ ਉਵੇਂ ਰਿਲਾਇਬਲ ਸਾਈਟ ਦੀ ਸਾਈਟ ਆਪਣੀ ਜਿਹੜੀ ਅਥੈਂਟੀਕੇਸ਼ਨ ਵਧੀ ਜੂਗੀ ਉਨੀ ਦੇਰ ਤੱਕ ਤੁਸੀਂ ਸਿਰਫ ਅਥੈਂਟੀਕੇਟਿਡ ਸਾਈਟਸ ਤੇ ਇਹ ਕੁਲਵਿੰਦਰ ਜੀ ਕਿਹਨੂੰ ਕਿਹਨੂੰ ਜਿਹੜੀ ਹੈਗੀ ਇਹਦੇ 'ਚ ਜੁਰਮਾਨਾ ਪਿਆ ਜਿਹੜੀ ਕੰਪਨੀ ਹੈਗੀ ਹੈ ਕੌਣ ਸੀ ਕੰਪਨੀ ਹੈ ਤੇ ਹੋਰ ਕਿਸ ਨੂੰ ਪਿਆ ਸਰ ਇਹਦੇ 'ਚ ਫੇਸਬੁੱਕ ਤੇ ਫਿਊ ਪੰਪੀ ਇਹ ਦੋ ਕੰਪਨੀਆਂ ਨੇ ਜੁਆਇੰਟ ਐਂਡ ਸੈਵਰਲ ਇਹਨਾਂ ਨੂੰ ਪਿਆ ਉਹਨਾਂ ਨੇ ਦੋਨਾਂ ਨੇ ਮਿਲ ਕੇ ਟੋਟਲ ਜਿਹੜਾ ਪੇਮੈਂਟ ਦੇਣੀ ਹੈ ਆਹ ਸਰ ਆਰਡਰ ਹੈ ਜੀ ਇਹਦੇ 'ਚ ਆਰਡਰ ਦਾ ਫਰੰਟ ਪੇਜ ਹੈ ਠੀਕ ਹੈ ਇਹ ਫੇਸਬੁੱਕ ਇੰਡੀਆ ਵਾਲੇ ਬਿਲਡਿੰਗ ਇਹਨਾਂ ਨੂੰ ਇੰਡੀਆ ਤੇ ਫਿਊ ਪੰਪੀ ਇਹ ਦੋਨੋਂ ਨੇ ਹਾਂਜੀ ਦੋਨਾਂ ਨੂੰ ਜਿਹੜੀ ਹੈਗੀ ਜੁਰਮਾਨਾ ਪਿਆ ਹਾਂਜੀ ਠੀਕ ਹੈ ਤਾਂ ਬਿਲਕੁਲ ਜਿੱਦਾਂ ਸਰ ਨੇ ਕਿਹਾ ਜਿੱਦਾਂ ਐਡਵੋਕੇਟ ਸਾਹਿਬ ਨੇ ਵੀ ਦੱਸਿਆ ਕਿ ਬਹੁਤ ਜ਼ਰੂਰੀ ਹੈ ਲੋਕਾਂ ਨੂੰ ਅਵੇਅਰ ਹੋਣਾ ਕਿਉਂਕਿ ਕਈ ਵਾਰੀ ਜਿਹੜਾ ਹੈਗਾ 10,000 ਦੀ ਚੀਜ਼ ਤੁਹਾਨੂੰ 5,000 ਚ ਮਿਲ ਰਹੀ ਹੈ ਔਰ ਸਾਈਟਸ ਤੇ ਅਵੇਲੇਬਲ ਹੈ ਲੇਕਿਨ ਬਹੁਤ ਜ਼ਰੂਰੀ ਹੈ ਕਿ ਤੁਸੀਂ ਪਹਿਲਾਂ ਪੂਰਾ ਵੈਰੀਫਾਈ ਕਰੋ ਕਿਉਂਕਿ ਇਸ ਤਰ੍ਹਾਂ ਦੀ ਠੱਗੀ ਲਗਾਤਾਰ ਵੱਧਦੀ ਜਾ ਰਹੀ ਹੈ ਮਾਰਕੀਟ ਪਲੇਸਿਸ 'ਚ ਜਿਹੜਾ ਹੈਗਾ ਇਹ 30 ਡੇਜ਼ ਦੇ ਵਿੱਚ ਜਿਹੜਾ ਹੈਗਾ ਇਹ 11-7 ਦਿਨਾਂ ਦੀ ਜਿਹੜੀ ਹੈ ਉਹ ਪਰਚੇਜ਼ ਹੋਈ ਸੀ ਜਿਹੜੀ ਇਹਨਾਂ ਨੇ ਆਨਲਾਈਨ ਕੀਤੀ ਸੀ 2535 ਰੁਪਏ ਦਾ ਇਹਨਾਂ ਨੇ ਜਿਹੜੀ ਹੈ ਉਹ ਮੰਗਵਾਈ ਸੀ ਲੇਕਿਨ 9% ਪਰ ਐਨਮ ਦੇ ਹਿਸਾਬ ਨਾਲ ਹੁਣ ਕੰਪਨੀ ਨੂੰ ਦੇਣਾ ਪਏਗਾ 50,000 ਟੋਟਲ ਜਿਹੜੀ ਸਰ ਨੇ ਵੀ ਜਾਣਕਾਰੀ ਦਿੱਤੀ ਹੈ ਲੇਕਿਨ ਇਹਦੇ ਵਿੱਚ ਅਹਿਮ ਇਹ ਹੈ ਕਿਉਂਕਿ ਮਕਸਦ ਕੀ ਸੀ ਮਕਸਦ ਇਹੀ ਸੀ ਕਿ 30,001 ਨੂੰ 20,001 ਮਕਸਦ ਇਹੀ ਸੀ ਕਿ ਲੋਕਾਂ ਨੂੰ ਅਵੇਅਰ ਹੋਣ ਵਾਸਤੇ ਅਤੇ ਦੂਜਾ ਜਿਹੜੇ ਵੀ ਇਹ ਸਾਈਟਸ ਜਿਹੜੇ ਇਲੀਗਲ ਸਾਈਟਸ ਨੇ ਜਾਂ ਫੇਕ ਸਾਈਟਸ ਨੇ ਉਹ ਲੋਕਾਂ ਨੂੰ ਕਿਸ ਤਰ੍ਹਾਂ
ਲਾਲਚ ਦੇ ਕੇ ਜਾਂ ਕੰਮ ਜਿਹੜੇ ਹੈਗੇ ਪੈਸੇ ਦੇ ਵਿੱਚ ਵਧੀਆ ਚੀਜ਼ ਜਿਹੜੀ ਹੈ ਸ਼ੋਅ ਕਰਦੇ ਆ ਚੀਜ਼ਾਂ, ਉਹ ਜਿਹੜੀ ਸ਼ੋਅ ਕਰਦੇ ਆ ਪਿਕਚਰਾਈਜ਼, ਉਹ ਚੀਜ਼ਾਂ ਨਹੀਂ ਹੁੰਦੀਆਂ। ਇਹ ਲੋਕਾਂ ਨੂੰ ਵੀ ਸਮਝਣਾ ਹੋਗਾ ਕਿ ਜਿਹੜੀ ਵੈਰੀਫਾਈ ਸਾਈਟਸ ਹੈ ਉਹਨਾਂ ਤੇ ਹੀ ਪਹਿਲਾਂ ਪੂਰਾ ਵੈਰੀਫਾਈ ਕਰੋ, ਉਹਨਾਂ ਨਾਲ ਗੱਲਬਾਤ ਕਰੋ, ਔਰ ਉਸ ਤੋਂ ਬਾਅਦ ਹੀ ਕੋਈ ਵੀ ਆਨਲਾਈਨ ਜਿਹੜੀ ਚੀਜ਼ਾਂ, ਕਿਉਂਕਿ ਹੁਣ ਲਗਾਤਾਰ ਜਿਹੜਾ ਆਨਲਾਈਨ ਦਾ ਜ਼ਮਾਨਾ ਹੈ ਔਰ ਇਸ ਤਰ੍ਹਾਂ ਦੀ ਠੱਗੀਆਂ ਵੀ ਆਨਲਾਈਨ ਉਹ ਜ਼ਿਆਦਾ ਸਾਹਮਣੇ ਆ ਰਹੀ, ਜਿਸ ਕਰਕੇ ਬਹੁਤ ਹੀ ਜ਼ਰੂਰਤ ਹੈ ਕਿ ਪਹਿਲਾਂ ਸਾਰੀ ਚੀਜ਼ਾਂ ਵੈਰੀਫਾਈ ਕਰਕੇ ਉਸ ਤੋਂ ਬਾਅਦ ਹੀ ਕੋਈ ਚੀਜ਼ ਪਰਚੇਜ਼ ਕਰੋ।